ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਮਨਪ੍ਰੀਤ ਸਿੰਘ, ਤੁਸੀਂ ਦੇਖ ਰਹੇ ਹੋ ਦਾ ਖਾਲਸ ਟੀਵੀ। ਅੱਜ ਦੀਆਂ ਹੈੱਡਲਾਈਨਸ ਲੈ ਕੇ ਹਾਜ਼ਰ ਹੋਏ ਹਾਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੇ ਵਿਚਾਰ 'ਤੇ। ਸਮੇਂ ਕੋਲ ਇੰਨਾ ਸਮਾਂ ਨਹੀਂ ਹੈ ਕਿ ਉਹ ਤੁਹਾਨੂੰ ਦੁਬਾਰਾ ਸਮਾਂ ਦੇ ਸਕੇ। ਹੁਣ ਨਜ਼ਰ ਮਾਰਦੇ ਹਾਂ ਅੱਜ ਦੀਆਂ ਹੈੱਡਲਾਈਨਸ 'ਤੇ। ਪੰਜਾਬ 'ਚ ਬੀਤੇ ਦਿਨ ਕਈ ਥਾਵਾਂ 'ਤੇ ਪਿਆ ਮੀਂਹ, ਹੁਣ ਫਿਰ 30 ਅਤੇ 31 ਜੁਲਾਈ ਨੂੰ ਪੈ ਸਕਦੀ ਹੈ ਬਾਰਿਸ਼। ਮੁੱਖ ਮੰਤਰੀ ਭਗਵੰਤ ਮਾਨ ਨੇ ਗਿੱਦੜਬਾ ਪਹੁੰਚ ਕੇ ਮਾਲਵਾ ਨਹਿਰ ਦਾ ਕੀਤਾ ਮੁਆਇਨਾ। ਕਿਹਾ ਆਜ਼ਾਦੀ ਤੋਂ ਬਾਅਦ ਬਣ ਰਹੀ ਹੈ ਪਹਿਲੀ ਨਹਿਰ, 3 ਜ਼ਿਲ੍ਹਿਆਂ ਦੇ 62 ਪਿੰਡਾਂ 'ਚੋਂ ਲੰਘ ਕੇ ਕਿਸਾਨਾਂ ਨੂੰ ਦੇਵੇਗੀ ਪਾਣੀ। ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਕੀਤਾ ਸੰਬੋਧਨ। ਕਿਹਾ ਬਾਦਲਾਂ ਨਹੀਂ ਕੀਤਾ ਕੋਈ ਕੰਮ, ਫਿਰ ਵੀ ਤੁਸੀਂ ਪਾਈਆਂ ਪੰਥਰੇ ਨਾਂ 'ਤੇ ਵੋਟਾਂ। ਹਰਸਿਮਰਤ ਕੌਰ ਬਾਦਲ ਦੇ ਵੀ ਕੱਸਿਆ ਤੰਜ। ਪੁੱਛਿਆ ਆਪਣੇ ਮੰਤਰੀ ਰਹਿੰਦੇ ਸਮੇਂ ਪਾਣੀ ਦੀ ਕਿਉਂ ਨਾ ਮੰਗੀ ਰਾਇਲਟੀ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਦੇ ਹੋਟਲ ਸੁੱਖ ਵਿਲਾਸ ਨੂੰ ਲੈ ਕੇ ਕਹੀ ਵੱਡੀ ਗੱਲ। ਕਿਹਾ ਕੱਢ ਲਏ ਨੇ ਕਾਗਜ਼, ਜਲਦੀ ਹੋਵੇਗੀ ਕਾਰਵਾਈ, ਪੰਜਾਬੀਆਂ ਨੂੰ ਛੇਤੀ ਹੀ ਦੇਵਾਂਗਾ ਖੁਸ਼ਖਬਰੀ। ਤਾਂ ਅਕਾਲੀ ਦਲ ਨੇ ਦਿੱਤੀ ਚੁਣੌਤੀ, ਕਿਹਾ ਜੇ ਹਿੰਮਤ ਹੈ ਤਾਂ ਕਰੋ ਕਾਰਵਾਈ। ਫਰੀਦਕੋਟ ਤੋਂ ਪਾਰਲੀਮੈਂਟ ਮੈਂਬਰ ਸਰਬਜੀਤ ਸਿੰਘ ਖਾਲਸਾ ਅੱਜ ਕਰਨਗੇ ਅਮਿਤ ਸ਼ਾਹ ਨਾਲ ਮੁਲਾਕਾਤ। ਅੰਮ੍ਰਿਤਪਾਲ ਸਿੰਘ ਦੀ ਰਿਹਾਈ ਦਾ ਚੁੱਕਣਗੇ ਮੁੱਦਾ। ਸਰਬਜੀਤ ਸਿੰਘ ਖਾਲਸਾ ਨੇ ਦਿੱਤਾ ਵੱਡਾ ਬਿਆਨ, ਨਵੀਂ ਪਾਰਟੀ ਦੇ ਨਾਮ ਨਾਲ ਜ਼ਰੂਰ ਜੁੜੇਗਾ ਅਕਾਲੀ ਸ਼ਬਦ। ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਤੋਂ ਪਹਿਲਾਂ ਜੇ ਅੰਮ੍ਰਿਤਪਾਲ ਨਹੀਂ ਆਇਆ ਬਾਹਰ, ਤਾਂ ਅੰਮ੍ਰਿਤਪਾਲ ਦੇ ਪਿਤਾ ਕਰਨਗੇ ਪਾਰਟੀ ਦੀ ਅਗਵਾਈ। ਚਰਨਜੀਤ ਚੰਨੀ ਦੇ ਹੱਕ 'ਚ ਉਤਰੇ ਵਿਧਾਇਕ ਪ੍ਰਗਟ ਸਿੰਘ। ਚੰਨੀ ਵੱਲੋਂ ਅੰਮ੍ਰਿਤਪਾਲ ਦੇ ਹੱਕ 'ਚ ਦਿੱਤੇ ਬਿਆਨ ਨਾਲ ਜਿਤਾਈ ਸਹਿਮਤੀ। ਕਿਹਾ ਪੰਜਾਬ 'ਚ ਰਹਿ ਕੇ ਸਿੱਖੀ ਦੀ ਗੱਲ ਅਸੀਂ ਨਹੀਂ ਕਰਾਂਗੇ ਤਾਂ ਕੌਣ ਕਰੇਗਾ। ਰਵਨੀਤ ਬਿੱਟੂ ਨੇ ਚਰਨਜੀਤ ਚੰਨੀ ਉੱਤੇ ਕੱਸਿਆ ਤੰਜ। ਕਿਹਾ ਦੇਸ਼ ਤੋਂ ਬਾਹਰ ਬੈਠੇ ਲੋਕਾਂ ਨੂੰ ਖੁਸ਼ ਕਰਨ ਲਈ ਅੰਮ੍ਰਿਤਪਾਲ ਦੇ ਹੱਕ 'ਚ ਦਿੱਤਾ ਬਿਆਨ। ਚੰਨੀ ਨੂੰ ਮਾਫ਼ੀ ਮੰਗਣ ਦੀ ਦਿੱਤੀ ਸਲਾਹ। ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਦਿੱਤੀ ਆਯੋਗ ਦੀ ਮੀਟਿੰਗ 'ਚੋਂ ਕੀਤਾ ਵਾਕਆਊਟ। ਭਾਜਪਾ ਦੇ ਮੁੱਖ ਮੰਤਰੀਆਂ ਦੇ ਮੁਕਾਬਲੇ ਘੱਟ ਸਮਾਂ ਦੇਣ ਦਾ ਲਗਾਇਆ ਆਰੋਪ। ਤਾਂ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕੀਤਾ ਪਲਟਵਾਰ, ਮਮਤਾ ਉੱਤੇ ਝੂਠ ਬੋਲਣ ਦੇ ਲਾਏ ਇਲਜ਼ਾਮ। ਕੁਲਦੀਪ ਸਿੰਘ ਧਾਲੀਵਾਲ ਨੇ ਕੇਰਲ ਦੇ ਮੁੱਖ ਮੰਤਰੀ ਨਾਲ ਕੀਤੀ ਮੁਲਾਕਾਤ। ਗੈਰ ਨਿਵਾਸੀ ਭਾਰਤੀਆਂ ਨੂੰ ਸੂਬਿਆਂ 'ਚ ਜ਼ਮੀਨ ਖਰੀਦਣ 'ਤੇ ਕੀਤੀ ਚਰਚਾ। ਕਿਹਾ ਦੋਵੇਂ ਰਾਜ ਕੇਂਦਰ ਸਾਹਮਣੇ ਮਿਲ ਕੇ ਚੁੱਕਣਗੇ ਮੁੱਦਾ। ਪਾਰਲੀਮੈਂਟ ਮੈਂਬਰ ਗੁਰਮੀਤ ਸਿੰਘ ਮੀਤੇਅਰ ਨੇ ਨਿਤਿਨ ਗਡਕਰੀ ਨਾਲ ਕੀਤੀ ਮੁਲਾਕਾਤ। ਕੌਮੀ ਹਾਈਵੇ ਪ੍ਰੋਜੈਕਟਾਂ ਦੇ 3 ਅਹਿਮ ਮਸਲਿਆਂ 'ਤੇ ਕੀਤੀ ਚਰਚਾ। ਬਰਨਾਲਾ ਮੋਗਾ ਕੌਮੀ ਮਾਰਗ ਦੇ ਚੀਮਾ ਜੋਧਪੁਰ ਵਿਖੇ ਫਲਾਈਓਵਰ ਬਣਾਉਣ ਦੀ ਕੀਤੀ ਮੰਗ। ਵਿਧਾਇਕ ਪ੍ਰਗਟ ਸਿੰਘ ਨੇ ਸਕੂਲਾਂ 'ਚ ਸਪੈਸ਼ਲ ਵਿਦਿਆਰਥੀਆਂ ਲਈ ਅਧਿਆਪਕਾਂ ਦੀ ਕਮੀ ਦੇ ਚੁੱਕੇ ਸਵਾਲ। 10 ਸਪੈਸ਼ਲ ਬੱਚਿਆਂ ਦੇ ਪਿੱਛੇ 1 ਹੋਣਾ ਚਾਹੀਦਾ ਅਧਿਆਪਕ, ਪਰ ਪੰਜਾਬ 'ਚ ਹੈ ਬੁਰਾ ਹਾਲ, 150 ਪਿੱਛੇ ਸਿਰਫ 1 ਅਧਿਆਪਕ ਕਰ ਰਿਹਾ ਆਪਣਾ ਕੰਮ। ਬਲਬੀਰ ਸਿੰਘ ਸੀਚੇਵਾਲ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ। ਕਿਸਾਨ ਜਥੇਬੰਦੀਆਂ ਵੱਲੋਂ ਦਿੱਤਾ ਮੰਗ ਪੱਤਰ ਸੌਂਪਿਆ, ਕਿਸਾਨਾਂ ਦੀਆਂ ਮੰਗਾਂ ਮੰਨਣ ਦੀ ਕੀਤੀ ਅਪੀਲ। ਹਿਮਾਚਲ ਹਾਈ ਕੋਰਟ ਨੇ ਸੈਲਾਨੀਆਂ ਨੂੰ ਦਿੱਤੇ ਸਖ਼ਤ ਆਦੇਸ਼, ਆਪਣੇ ਨਾਲ ਗੰਦ ਭਰਨ ਲਈ ਗਾਰਬੇਜ ਬੈਗ ਨਾਲ ਹੀ ਲੈ ਕੇ ਆਉਣ ਅਤੇ ਨਾਲ ਹੀ ਲੈ ਕੇ ਜਾਣ, ਇਸ ਤੋਂ ਬਿਨਾਂ ਸੂਬੇ 'ਚ ਨਹੀਂ ਹੋਵੇਗਾ ਦਾਖਲਾ। ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨਾਂ ਲਈ ਸਿੱਖ ਸ਼ਰਧਾਲੂਆਂ ਲਈ ਵੱਡੀ ਖੁਸ਼ਖਬਰੀ। 126 ਦੇਸ਼ਾਂ ਲਈ ਵੀਜ਼ਾ ਕੀਤਾ ਫ੍ਰੀ, ਸੈਰ ਸਪਾਟਾ ਦੇ ਨਾਲ ਨਾਲ ਗੁਰਧਾਮਾਂ ਦੇ ਕਰ ਸਕਣਗੇ ਦਰਸ਼ਨ। ਪਿਛਲੇ 5 ਸਾਲਾਂ 'ਚ 633 ਭਾਰਤੀ ਵਿਦਿਆਰਥੀਆਂ ਦੀ ਵਿਦੇਸ਼ ਵਿੱਚ ਹੋਈ ਮੌਤ, ਸਭ ਤੋਂ ਵੱਧ ਕੈਨੇਡਾ 'ਚ 172 ਬੱਚਿਆਂ ਦੀ ਗਈ ਜਾਨ, ਵਿਦੇਸ਼ ਮੰਤਰਾਲੇ ਨੇ ਦਿੱਤੀ ਜਾਣਕਾਰੀ। ਪੰਜਾਬ ਪੁਲਿਸ ਨਸ਼ੇ ਦੇ ਮੁਕਾਬਲੇ ਲਈ ਪੂਰੀ ਤਰ੍ਹਾਂ ਤਿਆਰ, ਬਠਿੰਡਾ 'ਚ ਮਿਸ਼ਨ ਨਿਗਰਾਨੀ ਪਹਿਲ ਕਦਮੀ ਦੀ ਕੀਤੀ ਸ਼ੁਰੂਆਤ। ਸਾਰਿਆਂ ਨੂੰ ਨਸ਼ੇ ਵਿਰੁੱਧ ਇਕਜੁੱਟ ਹੋਣ ਦਾ ਦਿੱਤਾ ਸੁਨੇਹਾ।
ਬੀਤੇ ਦਿਨ ਵੀ ਸੋਨਾ ਹੋਇਆ ਸਸਤਾ, ਪਿਛਲੇ ਇੱਕ ਹਫ਼ਤੇ 6,000 ਰੁਪਏ ਦੀ ਆਈ ਗਿਰਾਵਟ। ਪੈਰਿਸ ਓਲੰਪਿਕ ਦੀ ਹੋਈ ਸ਼ੁਰੂਆਤ, ਚੀਨ ਨੇ ਜਿੱਤਿਆ ਪਹਿਲਾ ਸੋਨ ਤਗਮਾ। ਪ੍ਰਧਾਨ ਮੰਤਰੀ ਮੋਦੀ ਨੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਭਾਰਤੀ ਖਿਡਾਰੀਆਂ ਨੂੰ ਕੀਤਾ ਉਤਸ਼ਾਹਿਤ, ਦਿੱਤੀ ਵਧਾਈ, ਕਿਹਾ ਹਰ ਐਥਲੀਟ ਉੱਤੇ ਭਾਰਤ ਨੂੰ ਹੈ ਮਾਣ। ਕੈਨੇਡਾ ਦੇ ਐਡਮਿੰਟਨ 'ਚ 6 ਪੰਜਾਬੀ ਗ੍ਰਿਫਤਾਰ, ਵਪਾਰੀਆਂ ਨੂੰ ਧਮਕੀ ਦੇ ਕੇ ਰੰਗਦਾਰੀ ਮੰਗਣ ਦੇ ਲੱਗੇ ਇਲਜ਼ਾਮ। ਕਮਲਾ ਹੈਰਿਸ ਨੇ ਅਮਰੀਕਾ ਦੇ ਰਾਸ਼ਟਰਪਤੀ ਦੇ ਅਹੁਦੇ ਲਈ ਆਪਣੀ ਉਮੀਦਵਾਰੀ ਦਾ ਕੀਤਾ ਐਲਾਨ, ਕਿਹਾ ਜਿੱਤਣ ਲਈ ਕਰਾਂਗੀ ਸਖ਼ਤ ਮਿਹਨਤ। ਅੱਜ ਦੀਆਂ ਹੈਡਲਾਈਨਸ 'ਚ ਬਸ ਇੰਨਾ ਹੀ, ਮੈਨੂੰ ਦਿਓ ਆਗਿਆ, ਧੰਨਵਾਦ।